ਸਰਹੰਦ ਭਾਖੜਾ ਨਹਿਰ ਵਿੱਚ ਪਾਣੀ ਓਵਰਫਲੋ ਹੋ ਜਾਣ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਦਰਜਨਾਂ ਪਿੰਡਾਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੁਚੜੇ, ਬੀਬੀਪੁਰ, ਲੌਂਗੋਮਾਜਰੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਚੱਲੀ ਤੇਜ਼ ਹਨੇਰੀ ਦੇ ਕਾਰਨ ਨਹਿਰ ਦੇ ਦੁਆਲੇ ਖੜ੍ਹੇ ਦਰਖਤ ਵੀ ਟੁੱਟ ਕੇ ਨਹਿਰ ਵਿੱਚ ਜਾ ਗਿਰੇ, ਜਿਸ ਦੇ ਨਾਲ ਪਾਣੀ ਜਾਮ ਹੋਣ ਦੇ ਕਾਰਨ ਨਹਿਰ ਦੇ ਕਿਨਾਰਿਆਂ ਤੱਕ ਜਾ ਪਹੁੰਚਿਆ। ਜੇਕਰ ਪਿੰਡ ਦੇ ਲੋਕ ਖੁਦ ਨਹਿਰਾਂ ਵਿੱਚੋਂ ਦਰਖਤ ਨਾ ਕੱਢਦੇ ਤਾਂ ਪਾਣੀ ਦੇ ਦਬਾਅ ਦੇ ਨਾਲ ਨਹਿਰ ਟੁੱਟ ਸਕਦੀ ਸੀ, ਜਿਸ ਨਾਲ ਕਾਫ਼ੀ ਨੁਕਸਾਨ ਹੋ ਸਕਦਾ ਸੀ। ਜਦਕਿ ਕਈ ਪਿੰਡਾਂ ਵਿੱਚ ਲੋਕ ਨਹਿਰਾਂ ਤੇ ਬੰਨ ਲਗਾਉਂਦੇ ਵੀ ਦੇਖੇ ਗਏ। ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਗਈ ਅਤੇ ਕਿਹਾ ਗਿਆ ਕਿ ਪ੍ਰਸ਼ਾਸਨ ਨੇ ਉਹਨਾਂ ਦੀ ਸਾਰ ਤੱਕ ਨਹੀਂ ਲਈ। ਉਧਰ ਜ਼ਿਲ੍ਹਾ ਪ੍ਰੀਸ਼ਦ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਬਲਜੀਤ ਸਿੰਘ ਪੁੱਟਾ ਨੇ ਪ੍ਰਸ਼ਾਸਨ ਦੀ ਨਾਕਾਮੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਸਮੇਂ-ਸਮੇਂ ਤੇ ਨਹਿਰਾਂ ਵਿੱਚ ਵੀ ਖੜ੍ਹੇ ਦਰਖਤਾਂ ਦੀ ਸਫਾਈ ਕੀਤੀ ਜਾਂਦੀ ਤਾਂ ਵੱਡੀਆਂ ਘਟਨਾਵਾਂ ਵਾਪਰਨ ਤੋਂ ਬਚ ਸਕਦੀਆਂ ਨੇ। ਇਹ ਆ ਖਾਸ ਤੌਰ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਬਹੁਤ ਵੱਡਾ ਖਤਰਾ ਬਣਿਆ ਹੋਇਆ, ਕਿਉਂਕਿ ਉਸ ਦੇ ਵਿੱਚ ਜਿੱਥੇ ਪਿਛਲੇ ਸਮੇਂ ਜਿਹੜੀ ਸਰਕਾਰ ਨੇ ਜੋ ਹਰ ਵਰੇ ਬਰਸਾਤਾਂ ਤੋਂ ਪਹਿਲਾਂ ਇਹ ਨਹਿਰ ਦੀ ਜਿਹੜੀ ਸਫਾਈ ਕਰਾਈ ਜਾਂਦੀ ਆ, ਉਹਦੇ ਵਿੱਚ ਵੱਡੇ ਵੱਡੇ ਦਰਖਤ ਪੱਕੀ ਨਹਿਰ ਦੇ ਵਿੱਚ ਜਿਹੜੇ ਜੰਮ ਕੇ ਵੱਡੇ ਵੱਡੇ ਹੋ ਗਏ ਔਰ ਉਹ ਪਾਣੀ ਦੀ ਰੁਕਾਵਟ ਦਾ ਕਾਰਨ ਬਣ ਗਏ। ਔਰ ਅੱਜ ਬਰਸਾਤ ਸ਼ੁਰੂ ਹੋਣ ਤਾਂ ਹੀ ਜਿਹੜੀ ਨਹਿਰ ਹੈ ਉਹ ਕੰਢਿਆਂ ਤੱਕ ਉਹਦੇ ਪਾਣੀ ਜਾ ਰਿਹਾ, ਜਿਹੜਾ ਕਿ ਸਾਡੇ ਸਮੁੱਚੇ ਇਲਾਕੇ ਲਈ ਬਹੁਤ ਵੱਡਾ ਖਤਰਾ ਬਣਿਆ ਹੋਇਆ। ਇਹਦੇ ਵਿੱਚ ਨਿਰੋਪਰੀ ਜੇ ਅੱਜ ਅਸੀਂ ਦੇਖਦੇ ਹਾਂ ਤਾਂ ਜਿਹੜੀ ਪੰਜਾਬ ਸਰਕਾਰ ਦੀ, ਸਮੁੱਚੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਸ਼ਾਸਨ ਦੀ ਬਹੁਤ ਵੱਡੀ ਅਣਗਹਿਲੀ ਆ, ਔਰ ਅਸੀਂ ਮੰਗ ਕਰਦੇ ਹਾਂ ਵੀ ਇਹ ਜਲਦੀ ਤੋਂ ਜਲਦੀ ਜਿਹੜਾ ਇਹਦੇ 'ਚ ਸਫਾਈ ਕਰਾਈ ਜਾਵੇ।